ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਵਰਲਡ ਹਿਸਟਰੀ ਸਟਾਰਟ ਕੀਤੀ ਹੋਈ ਹੈ ਜਿਸ ਕਾਲ ਟੌਪਿਕਸ ਜਿਹੜਾ ਉਹ ਪੁਨਰ ਜਾਗਰਣ ਤੁਹਾਨੂੰ ਹੈ ਜੋ ਪ੍ਰੋਵਾਈਡ ਕੀਤਾ ਸੀ ਤਾਂ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ ਵਰਲਡ ਹਿਸਟਰੀ ਦੇ ਜੋ ਮੋਸਟ ਇੰਪੋਰਟੈਂਟ ਨੇ ਜੋ ਇਸ ਭਾਗ ਦੇ ਵਿੱਚ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਵੀਡੀਓ ਦੀ ਅਪਡੇਟ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਲਦੀ ਰਹੇ ਬਾਕੀ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਉਸ ਪਲੇਲਿਸਟ ਦਾ ਲਿੰਕ ਹੈ ਜਿਹੜਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਮਿਲ ਜਾਏਗਾ ਜਿਸ ਵੀ ਟੌਪਿਕ ਦੇ ਸਬੰਧ ਨਾਲ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ 22 300 ਦੇ ਲਗਭਗ ਵੀਡੀਓ ਹੈ ਤਾਂ ਤੁਸੀਂ ਰੀਡ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਇਹ ਵਿੱਚ ਪਹਿਲਾ ਪ੍ਰਸ਼ਨ ਹੈਗਾ ਸਮੁੰਦਰੀ ਮਾਰਗ ਦੇ ਸਪੂਰਨ ਵਿਸ਼ਵ ਦਾ ਚੱਕਰ ਲਗਾਉਣ ਵਾਲਾ ਪਹਿਲਾ ਵਿਅਕਤੀ ਕੌਣ ਸੀਗਾ ਤਾਂ ਉਹ ਸੀਗਾ ਜੀ ਮੈਗਲਨ ਧਰਮ ਸੁਧਾਰ ਅੰਦੋਲਨ ਦਾ ਜਨਕ ਯਾਨੀ ਕਿ ਪਿਤਾਮਾ ਇਸ ਨੂੰ ਮੰਨਿਆ ਜਾਂਦਾ ਹੈ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਹੈ ਮਾਰ틴 ਲੂਥਰ ਕਿੰਗ ਨੂੰ ਪ੍ਰਸ਼ਨ ਨੰਬਰ 3 ਵਿਗਿਆਨਿਕ ਸਮਾਜਵਾਦ ਦਾ ਸੰਸਥਾਪਕ ਕੌਣ ਸੀਗਾ ਤਾਂ ਉਹ ਸੀਗਾ ਜੀ Karl Marx Karl Marx ਕਿੱਥੋਂ ਦਾ ਨਿਵਾਸੀ ਸੀ ਤਾਂ ਉਹ ਸੀਗਾ ਜੀ ਜਰਮਨੀ ਦਾ ਪੰਜਵਾਂ ਪ੍ਰਸ਼ਨ ਹੈ ਚੀਨੀ ਸਾਮਵਾਦੀ ਗਣਤੰਤਰ ਦਾ ਪਹਿਲਾ ਅਧਿਐਕਸ਼ ਕੌਣ ਸੀਗਾ ਤਾਂ ਉਹ ਸੀਗਾ ਜੀ ਮਾਉਂਤੋ ਸੇਟੋਂਗ ਜਾਂ ਮਾਉਂਤੋ ਮੇ ਤੋਂਗ ਤਾਂ ਇਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 6 ਚੀਨੀ ਜਨਵਾਦੀ ਗਨਰਾਜ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਉਹ ਸੀਗਾ ਜੀ ਚਾਉ ਐਨ ਲਾਈ। 7ਵਾਂ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਸੰਗ ਦੇ ਝੰਡੇ ਦੀ ਪਿਸ਼ਟ ਭੂਮੀ ਕਿਹੋ ਜਿਹੀ ਹੈ? ਤਾਂ ਉਹ ਹੈ ਜੀ ਹਲਕੇ ਨੀਲੇ ਰੰਗ ਦੀ। ਅੱਗੇ ਗੱਲ ਕਰਦੇ ਹਾਂ। ਪ੍ਰਸ਼ਨ ਨੰਬਰ 8 ਜੈਤੂਨ ਦੀਆਂ ਪੱਤੀਆਂ ਜੋ ਉੱਪਰੋਂ ਖੁੱਲੀਆਂ ਹਨ ਉਹਨਾਂ ਦੇ ਵਿੱਚ ਵਿਸ਼ਵ ਦਾ মানਚਿੱਤਰ ਬਣਿਆ ਹੋਇਆ ਹੈ ਇਹ ਕਿਸੇ ਵਿਸ਼ਵ ਸੰਗਠਨ ਦਾ ਝੰਡਾ ਹੈ ਤਾਂ ਉਹ ਹੈ ਜੀ ਸੰਯੁਕਤ ਰਾਸ਼ਟਰ ਸੰਗ ਦਾ ਯਾਨੀ ਕਿ ਜੂਨੋ ਦਾ ਪ੍ਰਸ਼ਨ ਨੰਬਰ 9 ਕਿਸ ਧਰਮ ਨੂੰ ਧਰਮ ਸੁਧਾਰ ਅੰਦੋਲਨ ਦਾ ਸਵੇਰ ਦਾ ਤਾਰਾ ਪ੍ਰਾਤਕਾਲੀਨ ਤਾਰਾ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਜੀ ਜੌਨ ਵਿਕਲਿਫ ਨੂੰ ਪ੍ਰਸ਼ਨ ਨੰਬਰ 10 ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਕਦੋਂ ਹੋਈ ਸੀ? ਤਾਂ ਇਹ ਹੋਈ ਸੀ ਜੀ 16ਵੀਂ ਸਦੀ ਦੇ ਵਿੱਚ। 11ਵਾਂ ਪ੍ਰਸ਼ਨ ਹੈ ਰੂਸ ਦਾ ਅੰਤਮ ਜਾਰ ਰਾਜਾ ਕੌਣ ਸੀ? ਤਾਂ ਉਹ ਸੀਗਾ ਜਾਰ ਨਿਕੋਲਸ ਦੂਜਾ। 10 ਕੈਪੀਟਲ ਦੀ ਰਚਨਾ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ Karl Marx ਨੇ। ਪ੍ਰਸ਼ਨ ਨੰਬਰ 13 ਕਿਸ ਨੂੰ ਆਧੁਨਿਕ ਤੁਰਕੀ ਦਾ ਨਿਰਮਾਤਾ ਕਿਹਾ ਜਾਂਦਾ ਹੈ ਤਾਂ ਇਹ ਕਹਿਆ ਜਾਂਦਾ ਜੀ ਮੁਸਤਾਫਾ ਕਮਾਲ ਪਾਸ਼ਾ ਨੂੰ ਪ੍ਰਸ਼ਨ ਨੰਬਰ 14 ਰਿਪਬਲਿਕਨ ਪੀਪਲਜ਼ ਦਾ ਸੰਸਤਾਪਕ ਕੌਣ ਸੀ ਤਾਂ ਉਹ ਵੀ ਮੁਸਤਾਫਾ ਕਮਾਲ ਪਾਸ਼ਾ ਸੀਗਾ ਕਿਸ ਦੇਸ਼ ਨੇ ਵੀਟੋ ਦਾ ਸਭ ਤੋਂ ਵੱਧ ਵਾਰ ਪ੍ਰਯੋਗ ਕੀਤਾ ਤਾਂ ਉਹ ਹੈ ਜੀ ਰੂਸ ਨੇ 12 बार आर्थिक सामाजिक પરિષદ ਦੇ ਕਿੰਨੇ ਮੈਂਬਰ ਹਨ ਤਾਂ ਉਹ ਨੇ ਜੀ 54 ਕਿਸ ਨੂੰ ਮਾਨਵਤਾਵਾਦ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਤਾਂ ਉਹ ਮੰਨਿਆ ਜਾਂਦਾ ਹੈ ਜੀ ਪੈਂਟ੍ਰਾਂਕ ਨੂੰ ਕਿਸ ਨੂੰ ਇਟਾਲੀਅਨ ਕਹਾਣੀ ਦਾ জনক ਪਿਤਾਮਾ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਜੀ ਬੋਕੇਸ਼ੀਓ ਨੂੰ ਕਿ ਮੈਨੀਫੈਸਟੋ ਦੀ ਰਚਨਾ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਜੀ Karl Marx ਨੇ 1001 ਚਰਚ ਇੱਕ ਰੂਸ ਦਾ ਨਾਰਾ ਕਿਸ ਨੇ ਦਿੱਤਾ ਸੀਗਾ ਤਾਂ ਇਹ ਦਿੱਤਾ ਸੀਗਾ ਯਾਰ ਨਿਕੋਲਕ ਜਾਂ ਨਿਕੋਲਸ ਦੂਜੇ ਨੇ ਤਾਂ ਇੱਥੇ ਜਾਤ ਹੋਏਗੀ ਚੀਨ ਦਾ ਰਾਸ਼ਟਰਪਤੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਜੀ ਡਾਕਟਰ ਸੰਜਾਤ ਸੇਨ ਨੂੰ ਪ੍ਰਸ਼ਨ ਨੰਬਰ 22 ਡਾਕਟਰ ਸੰਜਾਤ ਸਿੰਘ ਦੀ ਮੌਤ ਤੋਂ ਬਾਅਦ ਕਿਸ ਨੇ ਕੋਈ ਮਨਤਾਗ ਪਾਰਟੀ ਦਾ ਮੋਰਚਾ ਸੰਭਾਲਿਆ ਤਾਂ ਉਹ ਸੀਗਾ ਚੌਂਕਾਈ ਸ਼ੇਕ ਨੇ ਵਿਸ਼ਵ ਬੈਂਕ ਆਈਬੀਆਰਡੀ ਦਾ ਮੁੱਖ ਮਹਿਲਾ ਪਹਿਲਾ ਦਫ਼ਤਰ ਕਿੱਥੇ ਹੈ ਤਾਂ ਉਹ ਹੈ ਜੀ ਵਾਸ਼ਿੰਗਟਨ ਵਾਸ਼ਿੰਗਟਨ ਵਿੱਚ ਉਦਯੋਗਿਕ ਕ੍ਰਾਂਤੀ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ ਤਾਂ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਨੂੰ ਗੌਰਵਸ਼ਾਲੀ ਕ੍ਰਾਂਤੀ, ਸਫੇਦ ਕ੍ਰਾਂਤੀ, ਰક્તਹੀਨ ਕ੍ਰਾਂਤੀ ਵੀ ਕਿਹਾ ਜਾਂਦਾ ਹੈ। ਇਹਦੇ ਅਲੱਗ-ਅਲੱਗ ਨਾਮ ਨੇ ਤੁਸੀਂ ਯਾਦ ਰੱਖਣਾ। ਉਦਯੋਗਿਕ ਕ੍ਰਾਂਤੀ ਦੀ ਜਗ੍ਹਾ ਹੋ ਸਕਦਾ ਹੈ ਗੌਰਵਸ਼ਾਲੀ ਕ੍ਰਾਂਤੀ ਪਾ ਦੇਣ ਉਹ ਜਾਂ ਸਫੇਦ ਕ੍ਰਾਂਤੀ ਜਾਂ ਰક્તਹੀਨ ਕ੍ਰਾਂਤੀ। ਇਹ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ? ਤਾਂ ਇੰਗਲੈਂਡ ਦੇ ਵਿੱਚ ਹੋਈ ਸੀ ਇਹ ਉਦਯੋਗਿਕ ਕ੍ਰਾਂਤੀ ਦੇ ਸਾਰੇ ਨਾਮ ਨੇ। ਪ੍ਰਸ਼ਨ ਨੰਬਰ 25 ਪ੍ਰਜਾਤੰਤਰ ਜਨਤਾ ਦਾ ਜਨਤਾ ਦੁਆਰਾ ਜਨਤਾ ਲਈ ਸ਼ਾਸਨ ਹੈ। ਇਹ ਪਰਿਭਾਸ਼ਾ ਕਿਸ ਨੇ ਦਿੱਤੀ ਸੀ ਤਾਂ ਇਹ ਦਿੱਤੀ ਸੀ ਜੀ ਅਬਰਾਹਿਮ ਲਿੰਕਨ ਨੇ ਅਬਰਾਹਿਮ ਲਿੰਕਨ ਦੀ ਹੱਤਿਆ ਕਿਸ ਨੇ ਕੀਤੀ ਸੀ ਜੌਨ ਵਿਕਲੀਜ਼ ਬੂਥ ਨੇ ਪ੍ਰਸ਼ਨ ਨੰਬਰ 27 ਕੌਣ 카ਰਲ ਮਾਰਕਸ ਦਾ ਆ ਜੀਵਨ ਸਾਥੀ ਰਿਹਾ ਤਾਂ ਉਹ ਸੀਗਾ ਫਰੈਡਰਿਕ ਐਂਜਲਸ ਅਨਾ ਕੈਰੋਨਿਨਾ ਦਾ ਜੈਹ ਦੀ ਰਚਨਾ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਲੀਓ ਟਾਲਸਟਾਈ ਨੇ ਪ੍ਰਸ਼ਨ ਨੰਬਰ 29 ਜਪਾਨ ਦੇ ਸਮਰਾਜ ਦਾ ਸ਼ਿਕਾਰ ਪਹਿਲਾ ਦੇਸ਼ ਕਿਹੜਾ ਬਣਿਆ ਸੀਗਾ ਤਾਂ ਉਹ ਸੀਗਾ ਚੀਨ ਪੀਤ ਅਤੰਕ ਨਾਲ ਕਿਸ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਤਾਂ ਉਹ ਕੀਤਾ ਜਾਂਦਾ ਜੀ ਜਪਾਨ ਨੂੰ ਖਾਦ ਅਤੇ ਖੇਤੀ ਸੰਗਠਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਦਾਉਜੀ ਰੋਮ ਇਟਲੀ ਦੇ ਵਿੱਚ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ ਜੁਨ ਆਈ ਡੀਓ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤਏ ਅਜੀ ਵਿਆਨਾ ਆਸਟਰੀਆ ਦੇ ਵਿੱਚ ਪ੍ਰਸ਼ਨ ਨੰਬਰ 33 ਮੋਨਾਲੀਜ਼ਾ ਨਾਮਕ ਚਿੱਤਰ ਦੀ ਰਚਨਾ ਕਿਸ ਨੇ ਕੀਤੀ ਤਾਂ ਇਹ ਕੀਤੀ ਸੀ ਲੀਨਾਰਡੋ ਦੀ ਵਿੰਚੀ ਨੇ ਪ੍ਰਸ਼ਨ ਨੰਬਰ 34 ਦ ਲਾਸਟ ਜਜਮੈਂਟ ਐਂਡ ਦਾ ਫਾਲ ਆਫ ਮੈਨ ਇੱਕ ਇਸ ਦੀਆਂ ਚਿੱਤਰਕਾਰੀ ਹਨ ਤਏ ਨੇਜੀ ਮਾਈਕਲ ਐਜਲੋ ਜੋ ਇਟਲੀ ਦਾ ਸੀਗਾ ਰੂਸ ਦੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਕੀ ਸੀਗਾ ਤਾਂ ਰੂਸ ਦੀ ਕ੍ਰਾਂਤੀ 8 ਮਾਰਚ 1917 ਦੇ ਵਿੱਚ ਹੋਈ ਜਾਂ ਫਿਰ ਇਸ ਦਾ ਤਤਕਲੀਨ ਕਾਰਨ ਪਹਿਲੇ ਵਿਸ਼ਵ ਯੁੱਧ ਰੂਸ ਦੀ ਹਾਰ ਹੋਈ ਰੂਸ ਦੇ ਵੈਲ ਸ਼ੋਵਿਕ ਦਲ ਦਾ ਨੇਤਾ ਕੌਣ ਸੀ ਤੌਸੀ ਗਾਜੀ ਲੈਨਿਨ ਅਗੇ ਇਹਨਾਂ ਦੇ ਦਲ ਸੀਗੇ ਵੋਲ ਸੇਵਕ ਦਲ ਮਿਹਨਤ ਸੇਵਕ ਦਲ ਲੋਕਾਂ ਦੀ ਗਿਣਤੀ ਇਹਦੇ ਵਿੱਚ ਜ਼ਿਆਦਾ ਸੀ ਤਾਂ ਇਹਦੇ ਵਿੱਚ ਘਟ ਸੀ ਜਰਮਨੀ ਵਿੱਚ 나ਜੀ ਦਲ ਦੀ ਉਤਪਤੀ ਕਿਸ ਦੀ ਪ੍ਰਧਾਨਗੀ ਹੇਠ ਹੋਈ ਸੀ ਤਾਂ ਉਹ ਹੋਈ ਸੀ ਜੀ ਹਿਟਲਰ ਦੇ 1920 ਵਿੱਚ ਕਿਸ ਨੇ ਜਰਮਨੀ ਵਿੱਚ ਨੈਸ਼ਨਲ ਸਕਾਇਲਿਸਟ ਪਾਰਟੀ ਦੀ ਸਥਾਪਨਾ ਕੀਤੀ ਤੌ ਕੀਤੀ ਸੀ ਜੀ ਹਿਟਲਰ ਨੇ ਪ੍ਰਸ਼ਨ ਨੰਬਰ 38 39 ਅੰਤਰਰਾਸ਼ਟਰੀ ਸਮੁੰਦਰੀਕ ਸੰਗਠਨ ਆਈਐਮਓ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤਾਂ ਉਹ ਹੈ ਜੀ ਲੰਡਨ ਦੇ ਵਿੱਚ ਰਸਾਇਣਕ ਹਥਿਆਰ ਨਸ਼ੀਦ ਸੰਗਠਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਦੀ ਹੈਗ ਨੀਦਰਲੈਂਡ ਦੇ ਵਿੱਚ ਪੁਨਰ ਜਾਗਰਣ ਸਭ ਤੋਂ ਪਹਿਲਾਂ ਕਿੱਥੇ ਹੋਇਆ ਤਾਂ ਇਹ ਹੋਇਆ ਸੀਗਾ ਜੀ ਇਟਲੀ ਦੇ ਫਲੋਰੈਂਸ ਨਗਰ ਦੇ ਵਿੱਚ ਕਿਸੇ ਦਾਰਸ਼ਨਿਕ ਨੂੰ ਪੁਨਰ ਜਾਗਰਣ ਦਾ ਪਿਤਾਮਾ ਮੁਕਤ ਬੁਖਖ ਵਿਅਕਤੀ ਅਗਰ ਦੂਤ ਮੰਨਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਜੀ ਦਾਂਤੇ ਨੂੰ ਫ੍ਰਾਂਸੀਸੀ ਸਮਵਾਦ ਦਾ ਜਨਕ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਜੀ ਸੇਂਟ ਸਾਈਮਨ ਨੂੰ ਫੇਬੀਅਨ ਸੋਸ਼ਲਿਜ਼ਮ ਦੀ ਪ੍ਰਧਾਨਗੀ ਨੇਤਰਤਾ ਕਿਸ ਨੇ ਕੀਤੀ ਤਾਂ ਇਹ ਕੀਤੀ ਸੀ ਜੀ ਜਾਜ ਬਰਨार्ड ਸ਼ੋ ਨੇ ਪਹਿਲੇ ਵਿਸ਼ਵ ਜੁੱਧ ਤੋਂ ਬਾਅਦ ਕਿਸ ਵਿਸ਼ਵ ਸੰਸਥਾ ਦੀ ਸਥਾਪਨਾ ਕੀਤੀ ਗਈ ਤਾਂ ਇਹ ਕੀਤੀ ਗਈ ਸੀ ਜੀ ਰਾਸ਼ਟਰ ਸੰਗ ਦੀ ਦੂਸਰੇ ਵਿਸ਼ਵ ਜੁੱਧ ਤੋਂ ਬਾਅਦ ਕਿਸ ਵਿਸ਼ਵ ਸੰਸਥਾ ਦੀ ਸਥਾਪਨਾ ਕੀਤੀ ਗਈ ਤਾਂ ਸੰਯੁਕਤ ਰਾਸ਼ਟਰ ਸੰਗ ਦੀ ਤਾਂ ਪਹਿਲੇ ਵਿਸ਼ਵ ਜੁੱਧ ਤੋਂ ਬਾਅਦ ਰਾਸ਼ਟਰ ਸੰਗ ਦੀ ਸਥਾਪਨਾ ਹੋਈ ਸੀ ਅਤੇ ਦੂਜੇ ਵਿਸ਼ਵ ਜੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਗ ਦੀ ਸਥਾਪਨਾ ਸੀ ਜਿਹੜੀ ਉਹ ਕੀਤੀ ਗਈ ਸੀ ਅੱਗੇ ਯੂਨੈਸਕੋ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤਾਂ ਇਹ ਪੈਰਿਸ ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਦਾ ਪਹਿਲਾ ਮਹਾਸਚਿਵ ਕੌਣ ਸੀ ਤਾਂ ਉਹ ਸੀਗਾ ਜੀ ਤ੍ਰਿਗਵੇਲੀ ਯੂਟੋਪੀਆ ਦੀ ਰਚਨਾ ਜਾਂ ਕਿਸ ਦੀ ਰਚਨਾ ਹੈ ਤਾਂ ਇਹ ਹੈ ਜੀ ਟਾਰਮਸ ਮੂਰਦੀ ਦੇਕਾ ਸਰੇਨ ਕਿਸ ਦੀ ਰਚਨਾ ਹੈ ਤਾਂ ਉਹ ਜੀ ਬੋਕੇਸ਼ੀਓ ਦੀ ਉੱਤਰ ਪੂਰਬ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਰਾਬਰਟ ਪੈਰੀ ਨੇ ਦੱਖਣੀ ਧਰੂਪ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਦੀ ਅਮੰਡਸਨ ਨੇ ਸੋ ਇਹ 52 ਇੰਪੋਰਟੈਂਟ ਕੁਐਸਚਨ ਸੀਗੇ ਵਾਰਡ ਹਿਸਟਰੀ ਨਾਲ ਸੰਬੰਧਿਤ ਸੋ ਅਗਲਾ ਜਿਹੜਾ ਸਾਡਾ ਟੌਪ ਕੋਏਗਾ ਉਹ ਫਰਾਂਸ ਦੀ ਕ੍ਰਾਂਤੀ ਜਾਂ ਰਾਜ ਕ੍ਰਾਂਤੀ ਨੂੰ ਕਿਹਾ ਜਾਂਦਾ ਹੈ ਇਹ ਹੋਏਗਾ ਇਹ ਤੁਹਾਨੂੰ ਅਸੀਂ ਅਗਲੇ ਭਾਗ ਦੇ ਵਿੱਚ ਪ੍ਰੋਵਾਈਡ ਕਰਾਂਗੇ ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਧੰਨਵਾਦ